टूडे इज़ द टॉपिक ऑफ वर्किंग ऑफ CPU। जिद्दां कि आपां लास्ट देख चुके हाँ कि कंप्यूटर दी इंटरनल वर्किंग किस तरह हुंदी आ, उहदे विच आपां इनपुट डिवाइसिस बारे, आउटपुट डिवाइसिस बारे, मेमरी यूनिट बारे सारा पढ़ चुके हाँ कि इनपुट डिवाइसिस किहड़ियां किहड़ियां हो सकदियां आ उह आपां इक अलग वीडियो देख चुके हाँ, आउटपुट डिवाइसिस किहड़ियां हो सकदियां उह वी इक अलग वीडियो बन चुकी है तुसीं देख सकते हो, ਅਤੇ ਮੈਂਬਰੀ ਯੂਨਿਟ ਦੀ ਵੀ ਇੱਕ ਅਲੱਗ ਵੀਡੀਓ ਬਣ ਚੁੱਕੀ ਆ ਜਿਹਦੇ ਵਿੱਚ ਪ੍ਰਾਇਮਰੀ ਮੈਂਬਰੀ, ਸੈਕੰਡਰੀ ਮੈਂਬਰੀ ਕੀ ਹੁੰਦਾ ਆ ਡਿਟੇਲ ਵਿੱਚ ਜਿਹੜਾ ਸਾਰਾ ਸਮਝਾ ਚੁੱਕੇ ਹਾਂ। ਔਰ ਸਟੋਰੇਜ ਡਿਵਾਈਸਿਸ ਦੇ ਵਿੱਚ ਆਪਾਂ ਜਿਹੜਾ GB ਹੁੰਦਾ, KB ਹੁੰਦਾ, MB ਇਹ ਕੀ ਹੁੰਦਾ ਆ, ਅਤੇ CD DVD ਵਿੱਚ ਕਿੰਨੀ ਸਪੇਸ ਹੁੰਦੀ, ਕਿੰਨਾ ਡੇਟਾ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ, ਇਹ ਸਾਰਾ ਜਿਹੜਾ ਆ ਆਪਾਂ ਵੀਡੀਓ ਦੇ ਵਿੱਚ ਦੇਖ ਚੁੱਕੇ ਹਾਂ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਮੈਂ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੀ, ਤੁਸੀਂ ਉਹ ਜ਼ਰੂਰ ਚੈੱਕ ਕਰ ਲੈਣਾ ਤਾਂ ਕਿ ਤੁਹਾਨੂੰ ਇਹ ਕਲੀਅਰ ਹੋ ਜਾਵੇ। ਸੋ ਅੱਜ ਜਿਹੜਾ ਆਪਾਂ ਮੇਨ ਪੜ੍ਹਨਾ ਆ CPU ਦੀ ਵਰਕਿੰਗ ਵਿੱਚ ਕੰਟਰੋਲ ਯੂਨਿਟ ਐਂਡ ਅਰਥਮੈਟਿਕ ਲੌਜਿਕ ਯੂਨਿਟ ਬਾਰੇ ਪੜ੍ਹਾਂਗੇ ਕਿ ਇਹ ਕਿਸ ਤਰ੍ਹਾਂ ਕੰਮ ਕਰਦੇ ਆ, ਕਿ ਇਹਨਾਂ ਦਾ ਕੰਮ ਕੀ ਆ। ਸੋ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਇਹ ਜਿਹੜੇ ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ ਆ, ਇਹ ਕਿਸ ਤਰ੍ਹਾਂ ਜਿਹੜੇ CPU ਦੇ ਵਿੱਚ ਵਰਕ ਕਰਦੇ ਆ। ਹੁਣ ਇਹ ਸਾਰਾ ਜਿਹੜਾ ਪ੍ਰੋਸੈਸ ਆ ਉਹ CPU ਦੇ ਅੰਡਰ ਹੀ ਹੁੰਦਾ ਆ। ਸੋ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਟੋਪਿਕ। ਸਭ ਤੋਂ ਪਹਿਲਾਂ ਆਪਾਂ CPU ਦੀ ਡੈਫੀਨੇਸ਼ਨ ਪੜ੍ਹਦੇ ਹਾਂ, ਮਤਲਬ ਇੰਟਰੋਡਕਸ਼ਨ ਦੇਖਦੇ ਹਾਂ ਕਿ CPU ਕਿਸ ਤਰ੍ਹਾਂ ਕੰਮ ਕਰਦਾ। ਸੋ ਦੇਖਦੇ ਹਾਂ, ਸੈਂਟਰਲ ਪ੍ਰੋਸੈਸਿੰਗ ਯੂਨਿਟ ਇਹਦਾ ਨਾਮ ਆ। CPU ਬ੍ਰੇਨ ਆਫ ਕੰਪਿਊਟਰ ਹੁੰਦਾ ਆ, ਕਿਉਂਕਿ ਇਹਦੇ ਵਿੱਚ ਹੀ ਆਪਾਂ ਜਿਹੜਾ ਆ ਸਾਰਾ ਕੰਮ, ਇਨਪੁੱਟ ਆਊਟਪੁੱਟ ਆਪਰੇਸ਼ਨ ਜਿਹੜੀ ਆ ਸਾਰੇ ਇਹਦੇ ਅੰਡਰ ਹੀ ਹੁੰਦੇ ਆ। ਇਹਨੂੰ ਆਪਾਂ ਇੰਟੀਗ੍ਰੇਟਡ ਚਿੱਪ ਵੀ ਕਹਿ ਦਿੰਦੇ ਹਾਂ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚਿੱਪਸ ਲੱਗੀਆਂ ਹੋਈਆਂ ਹੁੰਦੀਆਂ ਆ। ਸੋ ਇਹਨਾਂ ਜਿਹੜੀਆਂ ਚਿਪਸ ਆ, ਇਹਨਾਂ ਤੋਂ ਇੱਕ ਸਿਲੀਕੋਨ ਡਿਵਾਈਸ ਬਣਦੀ ਆ ਜਿਹੜੀ ਕਿ ਕੰਪਿਊਟਰ ਦੇ ਵਿੱਚ ਲਗਾਈ ਜਾਂਦੀ ਆ, ਅਤੇ ਇਹਦੇ ਵਿੱਚ ਜਿਹੜੇ ਆ ਬਹੁਤ ਸਾਰੇ ਥਾਊਜ਼ੈਂਡ ਆਫ ਟ੍ਰਾਂਜ਼ਿਸਟਰ ਜਿਹੜੇ ਆ ਯੂਜ਼ ਕੀਤੇ ਜਾਂਦੇ ਆ ਇਨਪੁੱਟ ਆਊਟਪੁੱਟ ਆਪਰੇਸ਼ਨਸ ਪਰਫੋਰਮ ਕਰਨ ਦੇ ਲਈ। ਇਹਦੇ ਵਿੱਚ ਜਿਹੜਾ ਪ੍ਰੋਸੈਸਰ ਹੁੰਦਾ ਆ ਉਹੀ ਕੰਮ ਕਰਦਾ ਆ ਕਿ ਕੰਪਿਊਟਰ ਦੀ ਸਪੀਡ ਕਿਹੋ ਜਿਹੀ ਹੋਵੇਗੀ, ਕੰਪਿਊਟਰ ਵਰਕ ਕਿਹੋ ਜਿਹਾ ਕਰੇਗਾ। ਸੋ ਜਿਹੜਾ ਪ੍ਰੋਸੈਸਰ ਆ ਹੁਣ ਦੇ ਟਾਈਮ ਵਿੱਚ ਜਿਹੜੇ ਚੱਲ ਰਹੇ ਆ ਡਿਊਲ ਕੋਰ i3, i5, i7, ਜਿਹੜਾ i7 ਆ ਉਹ ਸਭ ਤੋਂ ਫਾਸਟ ਆ। ਸੋ ਜਿਹੜੀ ਕੰਪਿਊਟਰ ਦੀ ਸਪੀਡ ਆ ਉਹ ਪ੍ਰੋਸੈਸਰ ਦੇ ਉੱਤੇ ਹੀ ਡਿਪੈਂਡ ਕਰਦੀ ਹੈ ਕਿ ਤੁਹਾਡਾ ਪ੍ਰੋਸੈਸਰ ਕਿਹੋ ਜਿਹਾ ਆ। ਸੋ ਜਿਹੜਾ ਕੰਪਿਊਟਰ ਆ ਉਹ CPU ਦੇ ਬਿਨਾਂ ਕੰਮ ਨਹੀਂ ਕਰ ਸਕਦਾ। ਕੰਪਿਊਟਰ ਦੇ ਵਿੱਚ CPU ਹੋਣਾ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ, ਅਦਰਵਾਈਜ਼ ਇਹ ਕੰਮ ਨਹੀਂ ਕਰੇਗਾ। ਸੋ ਇਹਦੇ ਜਿਹੜੇ ਆਪਾਂ 3 ਯੂਨਿਟ ਆ, ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ, ਮੈਮਰੀ ਯੂਨਿਟ। ਮੈਮਰੀ ਯੂਨਿਟ ਬਾਰੇ ਆਪਾਂ ਪੜ੍ਹ ਚੁੱਕੇ ਹਾਂ, ਸੋ ਅੱਜ ਆਪਾਂ ਪੜ੍ਹਾਂਗੇ ਕੰਟਰੋਲ ਯੂਨਿਟ ਐਂਡ ਅਰਥਮੈਟਿਕ ਲੌਜਿਕ ਯੂਨਿਟ, ਅਤੇ ਨਾਲ ਹੀ ਇਹਦਾ ਇੱਕ ਹੋਰ ਕੰਪੋਨੈਂਟ ਆ ਰਜਿਸਟਰਸ, ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਆ CPU ਦੇ ਵਿੱਚ, ਉਹਦੇ ਬਾਰੇ ਵੀ ਪੜ੍ਹਾਂਗੇ ਕਿ ਇਹ ਰਜਿਸਟਰਸ ਕਿਉਂ ਯੂਜ਼ ਕੀਤੇ ਜਾਂਦੇ ਆ ਅਤੇ ਇਹਨਾਂ ਦਾ ਕੀ ਕੰਮ ਆ। ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਕੰਟਰੋਲ ਯੂਨਿਟ ਦੇ ਨਾਲ। ਦੇਖੋ ਇੱਕ ਡਾਇਗਰਾਮ ਆ ਮੈਂ ਦਿਖਾਇਆ ਹੋਇਆ, ਇਹਦੇ ਵਿੱਚ ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ, ਰਜਿਸਟਰਸ ਐਂਡ ਕਲੋਕ ਯੂਨਿਟ। ਕਲੋਕ ਯੂਨਿਟ ਦਾ ਕੰਮ ਆ ਟਾਈਮਿੰਗ ਮੈਨੇਜ ਕਰਨਾ, ਟਾਈਮਿੰਗ ਦੱਸਣਾ ਕਿ ਕਿੰਨੇ ਟਾਈਮ ਦੇ ਵਿੱਚ ਕਿਹੜਾ ਕੰਮ ਹੋ ਸਕਦਾ ਆ, ਠੀਕ ਹੈ। ਸੋ ਮੇਨ ਆਪਾਂ ਪੜ੍ਹਾਂਗੇ ਕੰਟਰੋਲ ਯੂਨਿਟ ਪਹਿਲਾਂ। ਕੰਟਰੋਲ ਯੂਨਿਟ ਇਜ਼ ਦਾ ਮੇਜਰ ਕੰਪੋਨੈਂਟ ਆਫ ਦਾ CPU। ਹੁਣ ਦੇਖੋ ਕੰਟਰੋਲ ਯੂਨਿਟ ਤੋਂ ਇਹ ਪਤਾ ਲੱਗ ਰਿਹਾ ਕਿ ਇਹ ਕੀ ਕਰਦਾ ਆ, ਕੰਟਰੋਲ ਕਰਦਾ ਆ ਕੰਪਿਊਟਰ ਵਿੱਚ ਜਿੰਨੇ ਵੀ ਆਪਾਂ ਓਪਰੇਸ਼ਨਸ ਪਰਫੋਰਮ ਕਰਦੇ ਸਭ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਆ ਕੰਟਰੋਲ ਯੂਨਿਟ, ਚਾਹੇ ਉਹ ਇੰਟਰਨਲ ਡਿਵਾਈਸਿਸ ਹੋਣ ਚਾਹੇ ਉਹ ਐਕਸਟਰਨਲ ਡਿਵਾਈਸਿਸ ਹੋਣ, ਉਹਨਾਂ ਸਾਰਿਆਂ ਨੂੰ ਕੰਟਰੋਲ ਕਰਦਾ ਆ ਕੰਟਰੋਲ ਯੂਨਿਟ। ਫੋਰ ਇਗਜ਼ਾਮਪਲ ਦੇਖੋ ਆਪਾਂ ਕੰਟਰੋਲ ਯੂਨਿਟ ਦੇ ਐਕ ਲਗਾਇਆ ਹੋਇਆ ਮੈਂ ਇੱਕ, ਦੇਖੋ ਆਪਾਂ ਕੰਪਿਊਟਰ ਦੇ ਵਿੱਚ ਕੋਈ ਐਪਲੀਕੇਸ਼ਨ ਓਪਨ ਕੀਤੀ, ਕੋਈ ਵੀ ਹੋ ਸਕਦੀ, ਐਕਸਲ, MS ਵਰਡ, ਕੋਈ ਵੀ, ਉਹਦੇ ਵਿੱਚ ਆਪਾਂ ਫਾਈਲ ਬਣਾਉਣੀ ਆ PGDCA ਐਂਡ DIT ਦੇ ਸਟੂਡੈਂਟਸ ਦੀ, ਠੀਕ ਹੈ। ਸਟੂਡੈਂਟਸ ਦੇ ਨਾਮ ਲਿਖਾਂਗੇ ਅਤੇ ਕਿੰਨੇ ਸਟੂਡੈਂਟਸ ਆ ਉਹ ਲਿਖਾਂਗੇ। ਜਦੋਂ ਆਪਾਂ ਉਹ ਲਿਖਾਂਗੇ ਜਦੋਂ ਐਪਲੀਕੇਸ਼ਨ ਆਪਾਂ ਓਪਨ ਕੀਤੀ ਤਾਂ ਕੰਟਰੋਲ ਯੂਨਿਟ ਨੇ ਕਿਹਦੇ ਕੋਲ ਜਾਣਾ, ਮੈਮਰੀ ਯੂਨਿਟ ਨੂੰ ਸਿਗਨਲ ਦੇਣਾ ਕਿ ਕੋਈ ਐਪਲੀਕੇਸ਼ਨ ਓਪਨ ਹੋ ਰਹੀ ਆ, ਅਗਰ ਸਪੇਸ ਹੈ ਤਾਂ ਐਪਲੀਕੇਸ਼ਨ ਨੂੰ ਓਪਨ ਕੀਤਾ ਜਾਵੇ। ਦੈਨ ਉਹ ਜੇ ਅਗਰ ਸਪੇਸ ਹੋਵੇਗੀ ਤਾਂ ਮੈਮਰੀ ਯੂਨਿਟ ਐਪਲੀਕੇਸ਼ਨ ਨੂੰ ਓਪਨ ਕਰ ਦੇਵੇਗਾ, ਅਤੇ ਫਿਰ ਆਪਾਂ ਉਹਦੇ ਉੱਤੇ PGDCA ਜਾਂ DIT ਦੀ ਜਿਹੜੀ ਇਨਫੋਰਮੇਸ਼ਨ ਸਟੂਡੈਂਟਸ ਦੇ ਨੇਮ ਲਿਖਣਾ ਚਾਹੁੰਦੇ ਹਾਂ ਉਹ ਆਪਾਂ ਫਾਈਲ ਦੇ ਉੱਤੇ ਲਿਖ ਦੇਵਾਂਗੇ। ਹੁਣ ਮੰਨ ਲਓ ਕਿ ਹੁਣ ਉਹ PGDCA ਅਤੇ DIT ਦੋ ਕਲਾਸਿਸ ਆ, ਉਹਨਾਂ ਦੋਨਾਂ ਸਟੂਡੈਂਟਸ ਜਿੰਨੇ ਵੀ ਉਹ ਸਟੂਡੈਂਟਸ ਆ ਉਹਨਾਂ ਦੋਨਾਂ ਕਲਾਸਿਸ ਦੇ ਵਿੱਚ ਉਹਨਾਂ ਨੂੰ ਆਪਾਂ ਪਲੱਸ ਕਰਨਾ ਆ। ਹੁਣ ਪਲੱਸ ਕਰਨ ਦੇ ਲਈ ਕੰਟਰੋਲ, ਆਪਾਂ ਜਦੋਂ ਪਲੱਸ ਪ੍ਰੈਸ ਕਰਾਂਗੇ ਤਾਂ ਕੰਟਰੋਲ ਯੂਨਿਟ ਕੀ ਕਰੇਗਾ, ALU ਮਤਲਬ ਅਰਥਮੈਟਿਕ ਲੌਜਿਕ ਯੂਨਿਟ ਦੇ ਕੋਲ ਭੇਜ ਦੇਵੇਗਾ, ਕਿਉਂਕਿ
एडिशन सबस्ट्रैक्शन का काम ALU यूनिट करता आ। सो इस करके जिहड़ा आ ये फाइल नू ALU नू सिग्नल देवेगा कंट्रोल यूनिट, तो ALU जिहड़ा आ उस फाइल नू प्लस करन तो बाद वापस कंट्रोल यूनिट दे कोल भेजेगा, तो कंट्रोल यूनिट नू वापस मैमरी यूनिट कोल भेजेगा कि अगर इनू सेव करके रखना फाइल तो आप सेव करके फिर रख सकते हैं। मतलब इनपुट होवे आउटपुट होवे चाहे कोई भी ऑपरेशन परफॉर्म करना तो वह सारा काम कंट्रोल यूनिट ही करता है। सो कंट्रोल यूनिट बहुत ही जरूरी होता है इंस्ट्रक्शन नू फैच करके जिहड़ा आ सारा कुछ कंट्रोल करता है। नैक्सट है अपने को अरथमैटिक लॉजिक यूनिट। हुण देखो इस दे नाम तो ही पता लग रहा है अरथमैटिक एक अलग यूनिट आ, लॉजिक एक अलग यूनिट आ। हुण अरथमैटिक ऑपरेशन आप देख लें कि केड़े हो सकते हैं। देखो एड एडिशन मतलब प्लस करना, सबस्ट्रैक्ट माइनस करना, मल्टीप्लिकेशन मतलब गुणा करनी, डिवीजन मतलब डिवाइड करना। ठीक है, फॉर एग्जाम्पल 100 + 98 अगर करते हैं तो वो अगर कंप्यूटर के आप कुछ प्लस करना तो वह कौन करता है, अरथमैटिक यूनिट ही काम करता। इनू आप AUV कह दें। इसी तरह जो लॉजिकल यूनिट आ वो किहड़े काम करता, इक्वल टू, लैस दैन, ग्रेटर दैन, ये सारे ऑपरेशन जिहड़े मतलब कि लॉजिकल होंगे आ उन्होंने परफॉर्म करता लॉजिक यूनिट, लॉजिक ऑपरेशन के नाल परफॉर्म करता। देखो नीचे एग्जाम्पल ली हुई है मैं, जिदा 90 = 90 मतलब किहड़ा ऑपरेशन परफॉर्म होया, इक्वल टू लॉजिक यूनिट का। 90 < 100 केड़ा ऑपरेशन परफॉर्म होया, लैस दैन, दैन 80 > 20 मतलब लॉजिक का ग्रेटर दैन ऑपरेशन परफॉर्म होया। इसी तरह अपने को बिटवाइज ऑपरेशन होंगे एंड और नॉट एक्सऑर, ये जेडे आप यूज करते हैं कंप्यूटर के कैलकुलेशन के लिए या फिर लॉजिकल ऑपरेशन परफॉर्म करने के लिए। सो ये अपना अरथमैटिक यूनिट जेड़ा कि जिन्या भी कैलकुलेशन कम आ वह सारा अरथमैटिक लॉजिक यूनिट करता आ। हुण नैक्सट है अपने को रजिस्टर्स। हुण देखो रजिस्टर की आ, हाई स्पीड इन्हां दी मैमरी हुंदी आ। ठीक है, स्टोरेज स्पेस मतलब बहुत थोड़ा जिहा डेटा यह स्टोर करके रखते आ, तो ये टैंपरेरी हुंदी मतलब शॉर्ट टर्म मैमरी हुंदी आ। ठीक है, रजिस्टर जिहड़े आ इह CPU दे विच छोटे छोटे रजिस्टर यूज़ किए जाते हैं। देखो इहदे विच 3 एक्टिविटीज़ हुंदियां आ। फस्ट फैच मतलब कि जिन्नियां भी आपां कंप्यूटर नूं इंस्ट्रक्शन दिंदे आ उन्हां नूं मेन मैमरी तो लैके रजिस्टर दे विच इह रखदा आ। फिर उस तों बाद उहनूं डी कोड करता बाई यूजिंग ALU अरथमैटिक लॉजिक यूनिट एंड CU कंट्रोल यूनिट के अकॉर्डिंग जोड़ा डी कोड करता। उस तो बाद फिर इनू एग्जीक्यूट कर देता है, फैच करन तो बाद इंस्ट्रक्शनस नू एग्जीक्यूट कर देता है। हुण मान लो मैं फॉर एग्जाम्पल एक एग्जाम्पल लेंदे हाँ कि आप कंप्यूटर के कैलकुलेटर ओपन किया, जो आप कैलकुलेटर ओपन किया तो वो आप कुछ प्लस माइनस ही करना है। ओबियसली मैं लिखा 2000 + 8000 और मैं इक्वल टू प्रेस किया, मेरा रिजल्ट आया 10000। हुण देखो इसनों आप स्टोर तो नहीं कभी कितने भी किया, बट कैलकुलेटर के जो आप टाइप किया तो यह कितने ना कितने कंप्यूटर की मैमरी में स्टोर होंदा आ। तो वह कितने स्टोर होंदा है, रजिस्टर्स के विच, क्योंकि आपां नूं उसे टाइम आप प्लस करना है उस तो बाद कैलकुलेटर क्लोज़ कर देना है, इन्ना ही अपना काम होंदा। सो इन्ने क काम नूं करन दे लई छोटे छोटे रजिस्टर CPU दे विच यूज़ किए गए आ, जिन्हां दे उत्ते आप शॉर्ट टर्म जिहड़ी आ यूजिज मतलब मैमरी की कर सकते हैं, जिहदे नाल अपनी कैलकुलेशन जिहड़ी आ वो फास्ट हो जाती आ। जे रजिस्टर्स ना लगे होन तो आपां नूं इहदी कैलकुलेशन करन दे लई बहुत टाइम यूज़ जिहड़ा आ वो करना पै सकदा आ। सो इस करके जिहड़े आ रजिस्टर्स ने आ कम होर भी आसान कर दिता CPU दा, जिहदे नाल कि इह हाई स्पीड जिहड़ी मैमरी बन गई, तो इहदे विच जिहड़ा डेटा बहुत शॉर्ट टाइम दे लई रहिंदा आ, तो स्टोरेज स्पेस भी इहदी स्मॉल हुंदी आ। सो इह हुंदे आ अपने रजिस्टर। सो ए सी अज दा अपना टॉपिक। सो चैनल नूं सबसक्राइब जरूर करना, नाल ही बैल बटन दे आइकन ते जरूर क्लिक करना, ते पूरी वीडियो देखने लई बहुत बहुत धन्यवाद। थैंक यू सो मच।